ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਗੁਰੂ ਪੰਥ ਖਾਲਸਾ ਦੇ ਰੂਪ ਦੇ ਵਿੱਚ ਇੱਕ ਵਿਸ਼ਾਲ ਰੋਸ ਮਾਰਚ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਿੱਖ ਕੌਮ ਨੂੰ ਜਾਗਰਤ ਕਰਨ ਵਾਸਤੇ ਇੱਥੇ ਪਹੁੰਚਿਆ ਮੋਹਾਲੀ ਚੰਡੀਗੜ੍ਹ ਵਿਖੇ। ਅਤੇ ਜਿਹੜਾ ਮੈਂ ਸਮਝਦਾ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਹ ਇਹੀ ਆ ਵੀ ਇਸ ਮੁਲਕ ਦੀਆਂ ਅਦਾਲਤਾਂ ਅਤੇ ਸਿਆਸੀ ਫੈਸਲੇ ਜਿਹੜੇ ਹੈਗੇ ਆ ਉਹ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੇ ਅਤੇ ਦੋਹਰੇ ਮਾਪਦੰਡ ਅਪਣਾਏ ਜਾਂਦੇ ਆ। ਜੇ ਅਸੀਂ ਬੰਦੀ ਸਿੰਘਾਂ ਦੇ ਸੰਬੰਧ 'ਚ ਗੱਲ ਕਰੀਏ ਤਾਂ ਇੱਕ ਪਾਸੇ ਤਾਂ ਸਾਡੇ ਬੰਦੀ ਸਿੰਘ ਹੈਗੇ ਨੇ ਉਮਰ ਕੈਦੀ ਜਿਨ੍ਹਾਂ ਨੂੰ 25-25 30-30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ, ਜਿਨ੍ਹਾਂ ਦੀ ਗਿਣਤੀ ਕੁੱਲ ਮੈਂ ਸਮਝਦਾ ਵੀ 20 ਦੇ ਕਰੀਬ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਕੈਦ ਆ ਭਾਈ ਗੁਰਦੀਪ ਸਿੰਘ ਖੈੜਾ ਨੇ, ਜਿਨ੍ਹਾਂ ਨੂੰ 31 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਬੇਅੰਤ ਮਰਡਰ ਕੇਸ ਵਾਲੇ ਸਿੰਘ 25-26 ਸਾਲ ਉਹਨਾਂ ਨੂੰ ਹੋ ਗਏ, ਪ੍ਰੋਫੈਸਰ ਦਿੰਦਰਪਾਲ ਸਿੰਘ ਭੁੱਲਰ ਨੂੰ ਵੀ 26 ਸਾਲ ਹੋ ਗਏ ਅਤੇ ਹੋਰ ਵੀ ਸਿੰਘ ਹੈਗੇ ਜਿਹੜੇ ਪਿਛਲੇ 6-7-8 ਸਾਲ ਤੋਂ ਵੱਖ ਵੱਖ ਅਦਾਲਤਾਂ ਦੇ ਅਧੀਨ ਸਜ਼ਾ ਕੱਟਦੇ ਆ। ਸੋ ਮੇਰਾ ਨੁਕਤਾ ਇਹੀ ਆ ਵੀ ਜਿਹੜੇ ਵੀ ਭਾਰਤੀ ਸੰਵਿਧਾਨ ਹੈਗਾ ਉਹਦੇ ਵਿੱਚ ਇਹ ਆ ਵੀ ਇਕੁਆਲਿਟੀ ਬਿਫੋਰ ਲਾਅ ਹੈਗੀ ਆ। ਸੋ ਜੇ ਇਹ ਲਿਖਿਆ ਹੈਗਾ ਤਾਂ ਇਹ ਲਾਗੂ ਨਹੀਂ ਹੁੰਦਾ। ਇੱਕ ਪਾਸੇ ਜਿਹੜਾ ਅੱਜ ਮੈਮੋਰੈਂਡਮ ਇਹ ਕਮੇਟੀ ਵੱਲੋਂ ਦਿੱਤਾ ਗਿਆ ਉਹਦੀ ਕਾਪੀ ਮੇਰੇ ਕੋਲ ਹੈਗੀ ਆ, ਉਹਦੇ ਵਿੱਚ ਜਿਹੜਾ ਮੁੱਖ ਸਵਾਲ ਜਿਹੜਾ ਗਵਰਨਰ ਅਤੇ ਜੋ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਹੈ ਉਹਦੇ ਅੱਗੇ ਇਹੀ ਆ ਵੀ ਜਿਹੜਾ ਭਾਰਤੀ ਸੰਵਿਧਾਨ ਆ ਉਹ ਸੰਵਿਧਾਨ ਦੇ ਜਿਹੜੇ ਇਕੁਆਲਿਟੀ ਬਿਫੋਰ ਲਾ ਦਿੰਦਾ ਅਤੇ ਜਿਹੜੇ ਪ੍ਰੋਵੀਜ਼ਨ 1990-95 ਤੋਂ ਹੈਗੇ ਅਤੇ ਉਹਨਾਂ ਦੇ ਨਾਲ ਦੋਹਰੇ ਮਾਪਦੰਡ ਕਿਉਂ ਅਪਣਾਏ ਜਾਂਦੇ ਆ, ਅਤੇ ਦੂਜੇ ਪਾਸੇ 4-5 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਵੀ ਜਿਹੜੇ ਆ ਉਹਨਾਂ ਨੂੰ ਰਿਹਾਅ ਕੀਤਾ ਜਾਂਦਾ ਪੁਲਿਸ ਵਾਲੇ। ਇੱਕ ਪਾਸੇ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੂੰ 25-30 ਸਾਲ ਹੋ ਗਏ, ਦੂਜੇ ਪਾਸੇ ਉਹ ਪੁਲਿਸ ਵਾਲੇ ਨੇ ਜਿਹਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਦਾ ਘਾਣ ਕੀਤਾ, CBI ਅਦਾਲਤ ਵੱਲੋਂ ਉਹਨਾਂ ਨੂੰ ਸਜ਼ਾਵਾਂ ਹੋਈਆਂ, ਉਮਰ ਕੈਦ ਦੀ ਸਜ਼ਾ ਹੋਈ ਅਤੇ ਉਸ ਉਮਰ ਕੈਦ ਦੀ ਸਜ਼ਾ ਹੋਣ ਦੇ ਬਾਵਜੂਦ ਉਹਨਾਂ ਨੂੰ 4-5 ਸਾਲ ਦੀ ਕਸਟਡੀ ਤੋਂ ਬਾਅਦ ਰਿਹਾਅ ਕਰਤਾ ਗਿਆ। ਮੇਰੇ ਕੋਲ ਇਹ ਉਸ ਰਾਜਪਾਲ ਦੀ ਜਿਹੜੇ ਹੁਕਮ ਦੀ ਕਾਪੀ ਹੈਗੀ, 4 ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਨਾਂ ਇਹਦੇ ਵਿੱਚ ਜ਼ਿਕਰ ਕੀਤਾ ਹੋਇਆ। ਇਹ ਗਵਰਨਰ ਨੂੰ ਵੀ ਉਹਦੇ ਧਿਆਨ 'ਚ ਵੀ ਲਿਆਂਦਾ ਗਿਆ ਵੀ ਜਿਹੜੇ ਤੁਹਾਡੇ ਪ੍ਰੀਡੀਸੈਸਰ ਗਵਰਨਰ ਸੀ ਉਹਦੇ ਵੱਲੋਂ ਕਿਸ ਤਰ੍ਹਾਂ ਇਹ 4 ਪੁਲਿਸ ਵਾਲਿਆਂ ਨੂੰ ਜਿਹੜਾ ਛੱਡਿਆ ਗਿਆ। ਮੈਂ ਇਹਨਾਂ ਦੇ ਨਾਂ ਤਰਤੀਬ ਬਾਅਦ ਪੜ੍ਹ ਦਿੰਦਾ। ਇਹ ਉਮਰ ਕੈਦੀ ਓਂਕਾਰ ਸਿੰਘ ਪੁੱਤਰ ਮਾਧੋ ਸਿੰਘ, ਉਮਰ ਕੈਦੀ ਰਵਿੰਦਰ ਕੁਮਾਰ ਪੁੱਤਰ ਮੋਹਲ ਧਵੱਜ, ਇਹ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਸੀ ਚਾਰੇ। ਉਮਰ ਕੈਦੀ ਹਰਿੰਦਰ ਸਿੰਘ ਪੁੱਤਰ ਗਲਚਰਨ ਸਿੰਘ, ਇਹ ਪੰਜਾਬ ਨਾਲ ਸੰਬੰਧਿਤ ਸੀਗਾ ਪੁਲਿਸ ਵਾਲਾ, ਬਾਕੀ 3 UP ਨਾਲ ਸੰਬੰਧਿਤ ਸੀਗੇ। ਉਮਰ ਕੈਦੀ ਬ੍ਰਿਜ ਲਾਲ ਵਰਮਾ ਪੁੱਤਰ ਬਾਲਾਦੀਨ, ਇਹ ਸਾਰੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ CBI ਅਦਾਲਤ ਵੱਲੋਂ ਦਿੱਤੀ ਗਈ ਸੀਗੀ। ਉਮਰ ਕੈਦ ਦੀ ਸਜ਼ਾ ਇਹਨਾਂ ਨੂੰ 29/11/2014 ਨੂੰ ਜਿਹੜੀ ਸਜ਼ਾ ਹੋਈ ਸੀ ਅਤੇ ਦੋਸ਼ੀ ਕਰਾਰ ਦਿੱਤਾ ਸੀ, ਅਤੇ 1/12/2014 ਨੂੰ ਸਪੈਸ਼ਲ ਜੱਜ CBI ਨੂੰ ਇਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਸੀ, ਪਟਿਆਲਾ ਦੇ ਵਿੱਚ ਬਹਿੰਦੀ ਸੀ ਉਦੋਂ। ਇਸ ਦੇ ਵਿੱਚ ਇਹ ਵੀ ਜ਼ਿਕਰਯੋਗ ਆ ਵੀ 12/1/2017 ਨੂੰ 2014 ਦੇ ਵਿੱਚ ਇਹ 11ਵੇਂ ਮਹੀਨੇ 2014 ਦੇ ਵਿੱਚ ਜੇਲ੍ਹ 'ਚ ਜਾਂਦੇ ਆ ਅਤੇ ਪਹਿਲੇ ਮਹੀਨੇ 2017 ਦੇ ਜਦੋਂ ਇਹਨਾਂ ਦੀ ਸਜ਼ਾ ਉਦੋਂ 2 ਸਾਲ 1 ਮਹੀਨੇ ਅਤੇ 12 ਦਿਨ ਹੋਈ ਸੀ। ਉਸ ਤੋਂ ਬਾਅਦ ਹੀ ਇਹਨਾਂ ਦੀ ਜਿਹੜੀ ਰਿਹਾਈ ਦਾ ਕਾਗਜ਼ ਪੱਤਰ ਜਿਹੜਾ ਤੋਲ ਦਿੱਤਾ ਗਿਆ 12/1/17 ਨੂੰ, ਅਤੇ ਉਦੋਂ ਤੁਸੀਂ ਸਮਝ ਸਕਦੇ ਹੋ ਵੀ ਉਦੋਂ ਜਿਹੜੀ ਸਰਕਾਰ ਸੀਗੀ ਉਦੋਂ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਸੀ, ਉਹਨਾਂ ਨੇ ਇਹਨਾਂ 4 ਉਮਰ ਕੈਦੀਆਂ ਪੁਲਿਸ ਵਾਲਿਆਂ ਨੂੰ ਜਿਹੜੇ ਦੋਸ਼ੀ ਸੀ ਝੂਠੇ ਪੁਲਿਸ ਮੁਕਾਬਲੇ ਦੇ, ਉਮਰ ਕੈਦ ਦੀ ਸਜ਼ਾ ਹੋਈ। ਬਾਦਲ ਸਰਕਾਰ ਨੇ ਉਹਨਾਂ ਦੀ ਰਿਹਾਈ ਦਾ ਕੰਮ ਜਨਵਰੀ 2017 ਸਰਕਾਰ ਖਤਮ ਹੋਣ ਤੋਂ ਪਹਿਲਾਂ ਚਲਾਇਆ, ਅਤੇ ਇਹਨਾਂ ਦਾ ਜਿਹੜਾ ਰਿਹਾਈ ਦਾ ਆਰਡਰ ਹੋਇਆ ਉਹ 19/6/2019 ਨੂੰ ਹੋਇਆ। ਇਹ ਤੋਂ ਸਿਰਫ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਾਦਲ ਨੇ ਜਿਹੜੇ ਪੁਲਿਸ ਵਾਲਿਆਂ ਨੂੰ ਛਡਾਉਣ ਵਾਸਤੇ
ਕਾਰਵਾਈ ਸ਼ੁਰੂ ਕੀਤੀ ਸੀ। ਉਹ ਕਾਰਵਾਈ ਕੈਪਟਨ ਦੇ ਦਰਮਿਆਨ ਜੂਨ 2019 ਦੇ ਵਿੱਚ ਪੂਰੀ ਕੀਤੀ। ਇਹ ਸਾਰੇ ਮਿਲੀ ਭੁਗਤੇ ਆ, ਉਹਨਾਂ ਨੂੰ ਮਾਫੀ ਦਿਵਾਈ ਗਈ। ਇਹਨਾਂ ਨੂੰ ਕੁੱਲ 4 ਤੋਂ 5 ਸਾਲ ਦੀ ਸਜ਼ਾ ਕਟਾਈ ਉਮਰ ਕੈਦ ਦੇ ਵਿੱਚ। ਜੇ ਇਸ ਹਿਸਾਬ ਨਾਲ ਦੇਖੀਏ ਤਾਂ ਸਾਡੇ ਮੰਦੀ ਸਿੰਘਾਂ ਨੇ 5 ਗੁਣਾ ਵੱਧ ਸਜ਼ਾ ਜਿਹੜੀ ਆ, 5-6 ਗੁਣਾ ਵੱਧ ਜਿਹੜੀ ਸਜ਼ਾ ਕੱਟੀ ਹੋਈ ਆ। ਸੋ ਇਸ ਅਸੀਂ ਅੱਜ ਜਿਹੜਾ ਆਏ ਹਾਂ ਇੱਥੇ, ਮੇਰਾ ਤਾਂ ਇਹ ਕਹਿਣਾ ਵੀ ਇਹ ਕੋਈ ਅਸੀਂ ਭਿੱਖ ਮੰਗਣ ਨਹੀਂ, ਕੋਈ ਮੰਗ ਕਰਨ ਨਹੀਂ ਆਏ, ਕੋਈ ਮੈਮੋਰੈਂਡਮ ਨਹੀਂ ਦੇਣਾ ਵੀ ਆ ਸਾਡਾ, ਸਾਨੂੰ ਅਰਜ ਨਹੀਂ ਗੁਜ਼ਾਰਨਾ। ਇਹ ਸਾਡਾ ਹੱਕ ਆ, ਹੱਕ ਸਾਡਾ ਆਲਰੇਡੀ ਡਿਊ ਆ, ਇਹ ਤੁਸੀਂ ਨਹੀਂ ਦੇ ਰਹੇ। ਇੱਕ ਪਾਸੇ ਕਹਿੰਦੇ ਹੋ ਵੀ ਸਿੱਖ ਜਿਹੜੇ ਆ ਉਹ ਆਪਣੇ ਹੱਕਾਂ ਦੀ ਲੜਾਈ ਲੜਦੇ ਨੇ, ਹਥਿਆਰਬੰਦ ਸੰਘਰਸ਼ ਕੀਤਾ ਉਹਨਾਂ ਨੇ, ਜਦੋਂ ਤੁਸੀਂ ਮਜਬੂਰ ਕੀਤਾ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਹ ਨੌਜਵਾਨਾਂ ਨੇ ਹਥਿਆਰ ਚੁੱਕੇ। ਅੱਜ ਉਹਨਾਂ ਨੌਜਵਾਨਾਂ ਨੂੰ, ਇੱਕ ਪਾਸੇ ਉਹ ਨੌਜਵਾਨ ਨੇ ਜਿਨ੍ਹਾਂ ਨੇ ਸਟੇਟ ਦੇ ਅੱਤਵਾਦ ਦੇ ਵੱਲੋਂ ਸੰਘਰਸ਼ ਲੜਿਆ, ਇੱਕ ਪਾਸੇ ਉਹ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਬੇਕਸੂਰਾਂ ਦਾ ਘਾਣ ਕੀਤਾ, ਕਤਲੇਆਮ ਕੀਤਾ। ਉਹਨਾਂ ਨੂੰ 4-5 ਸਾਲ ਦੀ ਸਜ਼ਾ ਤੋਂ ਬਾਅਦ, ਉਮਰ ਕੈਦ ਤੋਂ ਬਾਅਦ ਰਿਹਾਈ, ਅਤੇ ਸਿੱਖ ਨੌਜਵਾਨਾਂ ਨੂੰ 25-30 ਸਾਲ ਬਾਅਦ ਵੀ ਰਿਹਾਈ। ਸੋ ਇੱਕ ਨਿਕਾਤੀ ਮੇਰਾ ਹੈਗਾ ਵੀ ਦੋਹਰੇ ਮਾਪਦੰਡ ਆ, ਡਬਲ ਸਟੈਂਡਰਡ ਆ, 5 ਗੁਣਾ ਜ਼ਿਆਦਾ ਅਨਿਆਂ ਜਿਹੜਾ ਸਿੱਖਾਂ ਦੇ ਨਾਲ ਹੋ ਰਿਹਾ। ਜੇ ਕੋਈ ਸਰਕਾਰ ਚਾਹੁੰਦੀ ਵੀ ਇਹ ਅਨਿਆਂ ਨੂੰ ਖਤਮ ਕਰਨਾ ਤਾਂ ਉਹਨਾਂ ਨੂੰ ਤੁਰੰਤ ਇਹਨਾਂ ਸਾਰੇ ਬੰਦੀ ਸਿੰਘਾਂ ਨੂੰ, 20 ਬੰਦੀ ਸਿੰਘ ਜਿਹੜੇ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਭਾਈ ਗੁਰਦੀਪ ਸਿੰਘ ਖੈੜਾ, ਉਹਨਾਂ ਨੇ 31 ਸਾਲ ਦੀ ਸਜ਼ਾ ਕੱਟ ਲਈ, ਬੇਅੰਤ ਮੰਡਲ ਵਾਲੇ ਸਾਰੇ, ਭਾਈ ਜਗਤਾਰ ਸਿੰਘ ਵਾਲਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਪਿਓਰਾ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਬੇਅੰਤ ਮੰਡਲ ਵਾਲੇ, ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਨੂੰ 25-26 ਸਾਲ ਹੋ ਗਏ, ਅਤੇ 4 ਸਿੰਘ ਸੁਰਿੰਦਰ ਸਿੰਘ, ਦਿਆਲ ਸਿੰਘ ਅਤੇ ਹੋਰ 2 ਸਿੰਘ ਜਿਹੜੇ ਉਹ ਮੁਰਾਦਾਬਾਦ ਅਤੇ ਮੇਰਠ ਦੀ ਜੇਲ੍ਹ ਦੇ ਵਿੱਚ ਟਾਡਾ ਦੀ 9 ਸਾਲ ਦੀ ਸਜ਼ਾ ਉਹ ਕੱਟ ਚੁੱਕੇ ਆ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ। ਉਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਘੁੱਦੀ, ਇੱਕ ਔਰਤ ਮਰੀ ਸੀ ਬੇਅਦਬੀ ਵਾਲੀ, ਉਹਨਾਂ ਨੇ 6-6 ਸਾਲ ਕੱਟ ਲਏ ਹੈਗੇ ਆ। ਭਾਈ ਕੁਲਵੀਰ ਸਿੰਘ ਬੜਾ ਪਿੰਡ ਨੇ 6 ਸਾਲ ਕੱਟੇ, ਉਹਨਾਂ ਨੂੰ ਸਿਆਸੀ ਦਬਾਅ ਦੇ ਅਧੀਨ ਜਿਹੜੀ ਆ ਉਹ ਸਜ਼ਾ ਕੀਤੀ ਗਈ। ਭਾਈ ਜਗਮੋਹਨ ਸਿੰਘ ਜਿਹੜੇ ਜੋਧਪੁਰ ਜੇਲ੍ਹ ਦੇ ਵਿੱਚ ਆ, ਉਹਨਾਂ ਨੂੰ 14 ਸਾਲ ਦੀ ਸਜ਼ਾ ਹੋਈ ਆ। ਭਾਈ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ, ਜਿਨ੍ਹਾਂ ਨੂੰ ਕਿਤਾਬਾਂ ਦੇ ਕੇਸ ਵਿੱਚ ਨਵੇਂ ਸ਼ਹਿਰ ਦੇ ਵਿੱਚ ਸਜ਼ਾ ਹੋਈ ਸੀ, ਉਹਨਾਂ ਦੇ ਵੀ 6-6 ਸਾਲ ਹੋ ਗਏ। ਸੋ ਸਾਡੇ ਇਹ ਨੌਜਵਾਨ 20 ਹੈਗੇ ਆ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਜਿਨ੍ਹਾਂ ਨੇ 6 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਸਜ਼ਾ ਕੱਟੀ ਆ। ਅਤੇ ਅੰਤ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਜਿਹੜੇ ਪੁਲਿਸ ਵਾਲਿਆਂ ਨੇ 5 ਉਮਰ ਕੈਦ ਦੀ ਸਜ਼ਾ ਮਿਲੀ ਜਿਨ੍ਹਾਂ ਨੂੰ, ਉਸੇ CBI ਅਦਾਲਤਾਂ ਨੇ ਦਿੱਤੀ, ਉਹਨਾਂ ਦੀਆਂ ਅਪੀਲਾਂ ਵੀ ਹਾਈਕੋਰਟ ਦੇ ਵਿੱਚ ਪੈਂਡਿੰਗ ਸੀ, ਉਹਨਾਂ ਨੂੰ ਫਿਰ ਵੀ ਮਾਫੀਆਂ ਦੇ ਕੇ ਰਿਹਾਅ ਕਰਤਾ ਗਿਆ, ਅਤੇ ਸਾਡੇ ਬੰਦੀ ਸਿੰਘਾਂ ਨੂੰ 30 ਸਾਲ ਬਾਅਦ ਵੀ ਰਿਹਾਅ ਕੀਤਾ ਨਹੀਂ ਜਾ ਰਿਹਾ। ਇਹ ਦੋਹਰੇ ਮਾਪਦੰਡ ਖਤਮ ਹੋਣੇ ਚਾਹੀਦੇ ਹਨ। ਨੌਜਵਾਨਾਂ ਦੇ ਵਿੱਚ, ਸਿੱਖ ਸੰਗਤਾਂ ਦੇ ਵਿੱਚ ਰੋਸ ਹੈ, ਅਤੇ ਇਹ ਰੋਸ ਜਿਹੜਾ ਅੱਜ ਸਾਰਾ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ, ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆ ਕੇ ਦਿਖਾਇਆ ਜੀ।
Thank you.